ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਲੱਗਿਆ ਪਿੰਡ ਧੰਦੀਆਲ, ਤਹਿਸੀਲ ਧੂਰੀ ਤੇ ਜ਼ਿਲ੍ਹਾ ਜੇ ਗੱਲ ਕਰ ਲਈਏ ਬਾਈਆਂ ਨੂੰ ਰਹਿ ਜਾਂਦਾ ਸੱਜਣੋ ਸੰਗਰੂਰ, ਕਿਉਂਕਿ ਇਸ ਘਰ ਦੇ ਵਿੱਚੋਂ ਇੱਕ ਵੀਡੀਓ ਆਪਾਂ ਪਹਿਲਾਂ ਵੀ ਬਣਾਈ ਤੀ, ਕੱਟੀਆਂ ਦੀ ਬਣਾਈ ਤੀ, ਇੱਕ ਇਸੇ ਨਾਲ ਦੀ ਝੋਟੀ ਦਿਖਾਈ ਤੀ ਗੱਬਣ, ਉਦੋਂ ਵੀ ਮੇਰਾ ਖਿਆਲ ਆ ਲੁੱਟ ਵਾਲਾ ਕੰਮ ਇਹ ਹੋ ਗਿਆ ਤੀ। ਇੱਥੇ ਬਾਈ ਨੂੰ ਸੱਜਣੋ ਜਿੰਨੇ ਮੰਗੇ ਤੇ ਉਦੋਂ ਵੀ ਵੱਧ ਪੈਸੇ ਲੱਗਣ ਲੱਗ ਗਏ ਤੇ ਜਾਨਵਰਾਂ ਦੇ, ਕਿਉਂਕਿ ਮੇਨ ਜਿਹੜੀ ਸਮੱਸਿਆ ਬਾਈ ਕਹਿੰਦਾ ਯਾਰ ਸਮੱਸਿਆ ਆ ਰਹੀ ਆ ਲੇਬਰ ਦੀ। ਉਦਾਂ ਤੁਹਾਨੂੰ ਮੈਂ ਬਾਈ ਦੀ ਇੱਕ ਵੀਡੀਓ ਫਾਰਮ ਦੀ ਵੀ ਦਿਖਾਊਂਗਾ ਬਣਾ ਕੇ, ਕਿਉਂਕਿ ਮੱਝਾਂ ਬਾਈ ਹੋਰੀ ਪਹਿਲਾਂ ਕਾਫੀ ਮਾਤਰਾ 'ਚ ਰੱਖਦੇ ਤੇ ਹੁਣ ਪਸ਼ੂ ਧਨ ਘਟਾਉਣਾ ਪੈ ਗਿਆ। ਉਹ ਸੱਜਣੋ ਬਾਈ ਕਹਿੰਦਾ ਯਾਰ ਲੇਬਰ ਦੀ ਸਮੱਸਿਆ ਕਾਰਨ ਘਟਾਉਣਾ ਪੈ ਗਿਆ। ਇਹ ਝੋਟੀ ਵੀ ਗੱਬਣਾ ਤੇ ਜਿਹੜੀਆਂ ਤਿੰਨੇ ਕੱਟੀਆਂ ਨੇ ਉਹ ਵੀ ਚੰਗੇ ਸੀਮਨਾਂ ਦੀਆਂ ਨੇ ਤੇ ਆਪ ਵੀ ਇਹ ਚੰਗੇ ਟੀਕੇ ਦੀ ਆਉਂ, ਥੋੜ੍ਹਾ ਜਿਹਾ ਡਰਦੀ ਜ਼ਰੂਰ ਆ ਕਿਉਂਕਿ ਇੱਥੇ ਬੰਦੇ ਬਾਹਰੋਂ ਥੋੜ੍ਹੇ ਜਿਹੇ ਘੱਟ ਆਉਂਦੇ ਨੇ ਉਹਦੇ ਕਰਕੇ ਡਰਦੀ ਆ। ਤੇ ਬਾਕੀ ਆ ਜੋ ਬਾਈ ਨਾਲ ਕਰਾਉਂਦੇ ਹਾਂ ਗੱਲਬਾਤ, ਕੱਟੀਆਂ ਤੋੜ ਕੇ ਦਿਖਾਵਾਂਗੇ। ਇਹਦੇ ਆਪਾਂ ਪਹਿਲਾਂ ਸ਼ਾਰਟ ਲੈ ਲਏ ਤੋੜ ਕੇ, ਉਹ ਸ਼ਾਰਟਾਂ 'ਚ ਮੈਂ ਵੀਡੀਓ ਲਾ ਦੂੰਗਾ ਇਹਦੀ ਵੀ ਤੁਰਦੀ ਦੀ, ਇਹ ਵੀ ਤੁਹਾਨੂੰ ਦਿਖਾਵਾਂਗੇ। ਆ ਜਾਓ ਜੀ। ਹੋਰ ਕੀ ਹਾਲ ਹੈ ਜੀ? ਠੀਕ ਠਾਕ ਜੀ। ਨਾਮ ਦੱਸ ਦਿਓ ਆਪਣਾ। ਨਾਮ ਗੇਜੀ ਵੀਰੇ। ਨਾਮ ਗੇਜੀ, ਪਿੰਡ ਧੰਦੀਆਲ, ਪਿੰਡ ਧੰਦੀਵਾਲਾ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ। ਧੂਰੀ, ਜ਼ਿਲ੍ਹਾ ਸੰਗਰੂਰ। ਨੇੜੇ ਤੇੜੇ ਕਿਹੜੇ ਪਿੰਡ ਰਹਿ ਗਏ ਆਪਣੇ ਭਾਈ ਵੀਰੇ? ਨੇੜੇ ਮੋਲੋਵਾਲ ਵੀਰੇ, ਕੁੰਬੜਵਾਲ, ਹਸਨਪੁਰ ਰਹੇ ਨੇ ਸਾਡੇ ਕੋਲ। ਲੇਬਰ ਦੀ ਬਾਹਲੀ ਜ਼ਿਆਦਾ ਸਮੱਸਿਆ ਆਉਂਦੀ ਹੈਗੀ, ਲੇਬਰ ਖੜਦੀ ਨੀ ਹੈਗੀ, ਉਹਦੇ ਕਰਕੇ ਜਿੰਨੇ ਕੁ ਆਪ ਤੋਂ ਸੌਂਦੇ ਨੇ ਫਿਰ ਤਾਂ ਕਰਕੇ ਘਟਾਤੇ ਹੁਣ ਪਹਿਲਾਂ। ਕੰਮ ਸੱਜਣਾ ਜੇ ਗੱਲ ਕਰ ਲਾਂ 2009 ਤੋਂ ਲਾ ਕੇ 22 ਸੀਮਨ ਤੇ ਕੰਮ ਕਰਦਾ ਆਉਂਦਾ ਚੰਗੇ ਟੀਕਿਆਂ ਤੇ। ਤੇ ਬਾਕੀ ਬਾਈ ਇਹਦੀ ਕੀ ਡਿਟੇਲ ਆ ਜਾ, ਉਹਨਾਂ ਨੂੰ ਹੋ ਜਾਈ ਦਿਖਾ ਦਿੰਦੇ ਬਾਈ ਨੂੰ ਕਿਹੜੇ ਟੀਕੇ ਦੀ ਆਪ। ਇਹ ਵੀਰੇ ਆਪ ਹੈਗੀ ਹੈ ਕਿ ਸਿਕੰਦਰ ਦੀ, ਸਿਕੰਦਰ ਲੱਛਮੀ ਡੈਰੀ ਫਾਰਮ ਵਾਲੇ, ਇਹਦੇ ਲੱਗਿਆ ਹੋਇਆ ਕੋਹੀ ਨੂਰ ਦਾ ਵੀਰੇ, ਕੋਹੀ ਨੂਰ ਦਾ ਲੱਛਮੀ ਵਾਲਾ ਦਾ ਹੀ ਲੱਗਾ। ਹਾਂ, ਉਮਰ ਇਹਦੀ ਕਿੰਨੀ ਕੁ ਹੋਊਗੀ ਬਾਈ? ਉਮਰ ਵੀਰੇ ਤਕਰੀਬਨ 3 ਕੁ ਸਾਲ ਦੇ ਲਗਭਗ ਹੋਊਗੀ। ਦੰਦਾਂ 'ਚ ਕਿਵੇਂ ਆ ਇਹ? ਦੰਦਾਂ ਯਾਰ ਦੋ ਦੰਦ ਤਾਂ ਕਿਸੇ ਜੇ ਦੇਖਿਆ ਸੀ, ਤੋੜ ਗਈ, ਹੁਣ ਦਿਖਾਏ ਨਹੀਂ ਆ, ਦੇਖਿਆ ਸੀ ਤੇਰੇ ਸਾਹਮਣੇ। ਹਾਂ, ਹੁਣ ਸੱਜਣੋ ਇਹ ਮੈਨੂੰ ਹੋ ਸਕਦਾ 4 ਦੰਦ ਕਰ ਗਈ ਹੋਵੇ ਵੀਰੇ, 4 ਦੰਦ ਮੈਨੂੰ ਇਹਦੇ ਮਤਲਬ ਬਰਾਬਰ ਤੋਂ ਥੋੜੇ ਥੋੜੇ ਥੱਲੇ ਲੱਗੇ ਹੋਏ, ਅਸੀਂ ਨੇ ਦੇਖੇ ਤੇ ਹੋਣਾ ਵੀ 2 ਇਹ ਕਨਫਰਮ ਆ, 4 ਵੀ ਕਨਫਰਮ ਆ, ਵੀ 4 ਬਰਾਬਰ ਨਹੀਂ ਕਰੇ, ਥੋੜੇ ਥੋੜੇ ਨੀਵੇਂ ਨੇ 4। ਤੇ ਬਾਕੀ ਕੱਦ ਬਿੱਡ ਦੀ ਗੱਲ ਕਰ ਲਈਏ ਸੱਜਣੋ, ਬਾਡੀ ਬੂਡੀ ਦੀ ਹੈ ਨਾ, ਸਿੰਘਾਂ ਸੁੰਘਾਂ ਦੀ ਬਣਾਵਟ ਦੀ ਝੋਟੀ ਪੂਰੀ ਸ਼ਕੀਨ ਆ ਹੋਵੇ, ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਉਰੇ ਕੋਈ ਆਉਂਦਾ ਨਹੀਂ, ਉਹਦੇ ਕਰਕੇ ਡਾਕਟਰ ਵੀਰ ਲਾ ਲਓ ਹੈ ਨਾ, ਉਹਦੇ ਕਰਕੇ ਥੋੜਾ ਜਿਹਾ ਡਰ ਜਾਂਦਾ ਪਸ਼ੂ। ਹਾਂ, ਕੱਦ ਕਾਠ ਇਹਦਾ ਸੱਜਣੋ ਹੈਗਾ ਫੁੱਲ ਵੱਡਾ, ਉਮਰ ਦੇ ਹਿਸਾਬ ਨਾਲ ਕੱਦ ਫੁੱਲ ਵੱਡਾ, ਬਾਡੀ ਬੂਡੀ ਦੀ ਵੀ ਚੰਗੀ ਆ ਤੇ ਥਣ ਵੀ 4 ਲੱਗੇ ਨੇ, ਲੱਗੇ ਵੀ ਕੱਲੇ ਕੱਲੇ ਨੇ। ਗੱਬਣ ਕਿੰਨੇ ਟਾਈਮ ਦੀ ਆ ਬਾਈ? ਇਹ ਵੀਰੇ ਆ 14 ਤਰੀਕ ਨੂੰ, 14 ਜੂਨ ਨੂੰ ਇਹ 7 ਮਹੀਨਿਆਂ ਦੀ ਹੋ ਜੂ ਪੂਰੀ ਵੀਰੇ। ਅੱਛਾ, ਅੱਜ ਇਹ ਹੋ ਗਈ ਜੇ ਆਪਾਂ ਗੱਲ ਕਰ ਲਈਏ 4 ਤਰੀਕ ਹੈ ਨਾ, 10 ਦਿਨ ਘੱਟ ਇਹ 7 ਮਹੀਨਿਆਂ ਦੀ ਵੀਰੇ। ਆ 6 ਮਹੀਨੇ 20 ਦਿਨ ਦੀ ਸੱਜਣੋ ਅੱਜ ਇਹ ਗੱਬਣਾ, ਪਹਿਲਣ ਨੇ ਸੋਣਾ ਆਪ ਹੈਗੀ ਆ, ਆਪ ਸਿਕੰਦਰ ਦੀ ਵੀਰੇ, ਆਪ ਸਿਕੰਦਰ ਦੀ ਆ, ਅੱਗੇ ਕਿਹੜਾ ਲੱਗਿਆ? ਅੱਗੇ ਤੇ ਕੋਹੀਨੂਰ ਦਾ ਵੀਰੇ, ਅੱਗੇ ਸੱਜਣੋ ਇਹਦੇ ਲੱਗਿਆ ਹੋਇਆ ਕੋਹੀਨੂਰ, ਝੋਟੀ ਟੌਪ ਕਲਾਸ ਆ। ਬਾਕੀ ਤੁਰਦੀ ਦੀ ਕਲਿੱਪ ਵੀ ਮੈਂ ਤੁਹਾਨੂੰ ਲਾ ਦੂੰਗਾ। ਕੱਦ ਬਿੱਡ ਦੀ ਗੱਲ ਕਰ ਲਈਏ, ਬਾਡੀ ਬੁੱਡੀ ਦੀ ਯਾਰ ਲਾਜਵਾਬ ਹੈ, ਪੂਰਾ ਟੌਪ ਦਾ ਸ਼ਕੀਨ ਜਾਨਵਰ ਹੈ। ਜਾਨਵਰ ਬਾਈ ਹੋਰਾਂ ਕੋਲੇ ਸਾਰੇ ਚੰਗੇ ਹੁੰਦੇ ਨੇ, ਸ਼ੌਂਕ ਨਾਲ ਪਾਲਦੇ ਨੇ ਤੇ ਲੇਵਾਲੂਆ ਵੀ ਚੰਗਾ ਦਿਖਾਉਂਦੀ ਆ, ਪਰ ਜਿਹੜੀ ਗੱਲ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਥੋੜਾ ਜਿਹਾ ਡਰਦੀ ਆ, ਇੱਥੋਂ ਜਾਂਦੀ ਦਾ ਦਿਖਾ ਦੀ ਉਰਾ ਪਰਾਂ। ਇਹਦੇ ਬਾਈ ਪੈਸੇ ਕਿੰਨੇ ਲਵਾਂਗੇ ਆਪਾਂ? ਇਹ ਕਿੰਨੇ ਰੁਪਏ ਦੇ ਦਾਂਗੇ ਆਪਾਂ? 70,000 ਰੁਪਇਆ ਮੁੱਲ ਇਹਦਾ, 70 ਮੁੱਲ ਆ, ਫਿਕਸੇ ਦਾ ਦੇ, ਕਿੰਨੇ ਦੀ ਛੱਡ ਦਾਂਗੇ? ਫਿਕਸ ਬਸ ਮਾਨਤਾਨ ਕਰ ਦਿਆਂਗੇ ਵੀਰੇ, 70 ਚੋਂ ਮਾਨਤਾਨ ਕਰ ਦਾਂਗੇ। ਹਾਂ, 2,000 ਰੁਪਇਆ ਛੱਡ ਦਾਂਗੇ। ਲੈ ਸੱਜਣੋ ਬਾਈ ਕਹਿੰਦਾ ਯਾਰ 68,000 ਦੀ ਦੇ ਦਾਂਗੇ, ਛੋਟ ਛੱਪਾ ਕਰ ਦਾਂਗੇ ਉਹਦੇ ਚੋਂ, ਪਰ ਜੇ ਗੱਲ ਕਰ ਲਾਂ ਯਾਰ ਝੋਟੀ ਵੀ ਚੰਗੀ ਆ, ਬਾਡੀ ਵਾਲੀ ਝੋਟੀ ਆ, ਆ ਉਹੀ ਗੱਲ ਆ ਵੀ ਡਰਦੀ ਥੋੜਾ ਜਿਹਾ ਜ਼ਰੂਰ ਆ ਜਿਵੇਂ ਤੁਹਾਨੂੰ ਮੈਂ ਦੱਸਿਆ। ਇਹ ਮਿਲੂਗੀ ਤੁਹਾਨੂੰ 68,000 ਦੀ,
ਤੇ ਹੁਣ ਮਾਰ ਦਿੱਤਾ ਇਧਰ ਕੱਟੀਆਂ ਤੇ ਕੈਮਰਾ। ਇਹਨੂੰ ਤੋੜ ਦੇ ਖੋਲ ਕੇ, ਕਹਿ ਇੱਥੇ ਦਿਖਾ ਦੀਏ ਖੜੀ ਨੂੰ, ਤੋੜਦੇ ਨੇ ਵੀਰੇ। ਹਾਂ ਇਹਨੂੰ ਤੋੜ ਦੇ। ਇਹਦੀ ਉਮਰ ਕਿੰਨੀ ਹੋ ਗਈ ਬਾਈ? ਵੀਰੇ ਆਹ ਦੋਨੇ ਕੱਟੀਆਂ ਤਾਂ ਹੋਣਗੀਆਂ 8 ਤੋਂ 9 ਮਹੀਨਿਆਂ ਦੀਆਂ। 8 ਤੋਂ 9 ਮਹੀਨਿਆਂ ਦੀਆਂ ਦੋਨੇ? ਰੁਸਤਮੇ ਹਿੰਦ ਦੀ ਮੇਰਾ ਖਿਆਲ ਆ। ਇਹਦੀ ਮਦਰ ਹੈਗੀ ਆਪਣੇ ਕੋਲ? ਹਾਂ ਵੀਰੇ। ਹਾਂ ਇਹਦੀ ਮਦਰ ਵੀ ਖੜੀ ਆ, ਜਿਹੜਾ ਸੱਜਣ ਆਊਗਾ ਬਾਈ ਕੋਲੇ ਫਾਰਮ ਤੇ ਦੇਖ ਸਕਦਾ। ਉਹੀ ਗੱਲ ਆ ਵੀ ਜਾਨਵਰ ਯਾਰ ਡਰਦੇ ਨੇ, ਓਦਾਂ ਬਾਈ ਹੋਰੀ ਖੁੱਲੀਆਂ ਛੱਡ ਕੇ ਰੱਖਦੇ ਨੇ ਤੇ ਥਣ ਥੁਣ ਦਿਖਾ ਦੇ ਦਰ ਸੁਣੋ, ਥਣ ਥੁਣ ਵੀ ਇਹਦੇ 4 ਹੀ ਲੱਗੇ ਨੇ। ਬਸ ਲੈ ਚੱਲ, ਇਹਦੀ ਉਮਰ ਹੈਗੀ 8 ਤੋਂ 9 ਮਹੀਨੇ ਬਾਈ। ਲੈ ਚੱਲ ਜ਼ੋਰ ਵਾਲੇ ਨੇ, ਸਭ ਤੋਂ ਡਰਦੀਆਂ ਨੇ ਨਾ। ਬਗਾਨਾ ਬੰਦਾ ਇੰਨਾ ਇੱਥੇ ਕਿਉਂ ਆਉਂਦਾ? ਹਾਂ ਇੱਥੇ ਬਗਾਨਾ ਬੰਦਾ ਜਿਵੇਂ ਬਾਈ ਨੇ ਦੱਸਿਆ ਕੋਈ ਆਉਂਦਾ ਨੀ, ਆਪਾਂ ਤੁਹਾਨੂੰ ਖੜੀਆਂ ਦਿਖਾ ਦਾਂਗੇ। ਥੋੜਾ ਜਿਹਾ ਡਰਦੇ ਨੇ ਜਾਨਵਰ। ਇਹਦੀ ਉਮਰ ਹੈਗੀ 8 ਮਹੀਨਿਆਂ ਦੀ ਕਰੀਬ ਤੇ ਆਪ ਹੈਗਾ ਰੁਸਤਮੇ ਹਿੰਦ ਦੀ। ਉਸ ਚੀਜ਼ ਦੀ ਬਾਈ ਕਹਿੰਦਾ ਯਾਰ ਆਪਾਂ ਤੁਹਾਨੂੰ ਮਤਲਬ ਗਰੰਟੀ ਦੇ ਦਾਂਗੇ DNA ਤੱਕ ਦੀ ਵੀ। ਜਿਹੜੀ ਇਹਦੀ ਮਾਂ ਹੈਗੀ ਉਹ ਹੈਗੀ ਵੀਰੇ ਸਰਕਾਰੀ ਸੀਮਨ ਨਾਭੇ ਵਾਲਾ ਸੋਨੀ ਸਾਂਧ ਦੀ ਹੈ। ਇਹਦੀ ਮਾਂ ਹੈਗੀ ਹੈਗੀ ਹੀਰੇ ਸਾਂਧ ਦੀ। ਇਹਦੀ ਮਾਂ ਦਾ ਕਿਹੜਾ ਸੂਆ ਸੂਈ ਹੋਈ ਆ? ਇਹਦੀ ਮਾਂ ਵੀ ਪਹਿਲਾਂ ਨੇ, ਹੁਣ ਦੂਜੇ ਸੂਏ ਸੂਣਾ। ਹੁਣ ਦੂਜੇ ਕਿੰਨੇ ਪਹਿਲਾਂ ਦੀਆਂ ਨੇ ਵੀਰੇ? ਅੱਛਾ ਇਹਦੀ ਮਾਂ ਨੇ ਪਹਿਲਾਂ ਨੇ ਕਿੰਨਾ ਦਿੱਤਾ? ਇਹਦੀ ਮਾਂ ਵੀਰੇ 13 ਕਿਲੋ ਤੋਂ ਉੱਪਰ ਸੀ। ਹੈਗੀ ਆਪਣੇ ਕੋਲ 13 ਤੋਂ ਬਾਹਰ? ਦੋਨਾਂ ਦੀਆਂ ਮਾਵਾਂ ਹੈਗੀਆਂ, ਉਹਦੀ ਬੇਇੱਜ਼ਤੀ। ਅੱਛਾ ਆਹ ਵੀ ਰੁਸਤਮੇ ਹਿੰਦ ਦੀ ਆ? ਹਾਂ ਇਹ ਵੀ ਰੁਸਤਮੇ ਹਿੰਦ ਦੀ। ਇਹਦੇ ਵੀ ਤਰਸ ਥਣ ਥਣਾਉਟ ਜਿਹਾ ਦਿਖਾ ਦਿਓ, ਨੇੜੇ ਲੱਗੋ, ਥੋੜਾ ਡਰਦੀਆਂ ਨੇ ਕੱਟੀਆਂ। ਹਾਂ ਥਣ ਥਣਾਉਟ, ਇਹਦੇ ਵੀ 4 ਲੱਗੇ ਨੇ, ਕੋਈ ਫਾਲਤੂ ਨੀ ਲੱਗਿਆ। ਇਹਦੀ ਉਮਰ ਵੀ 8 ਤੋਂ 9 ਮਹੀਨੇ ਆ। ਇਹਦੀ ਮਾਦਰ ਕਿਹੜੇ ਸੀਮਨ ਦੀ ਆ ਬਾਈ? ਇਹਦੀ ਮਾਂ ਹੈਗੀ ਹੀਰੇ ਸਾਂਧ ਦੀ ਆ ਵੀਰੇ, ਹੀਰਾ ਕਪੂਰ ਸਿੰਘ ਵਾਲਾ। ਹਾਂ ਬਾਈ। ਉਹਨੇ ਕਿੰਨਾ ਕੁ ਦੁੱਧ ਕੱਢਿਆ ਬਾਈ? ਉਹ ਵੀ ਵੀਰੇ 13 ਤੋਂ ਪਲੱਸ ਦੀ ਗਈ ਹੈਗੀ ਆਪਣੇ ਕੋਲੇ, ਹੁਣ 2 ਮਹੀਨੇ ਰਹਿ ਗਏ ਉਹਦੇ ਦੁਬਾਰੇ ਸੌਣ ਦੇ। ਅੱਛਾ ਆਹਾ ਆਹ ਨੰਨੀ ਪਰਿੰਦੀ, ਇਹ ਭੋਲੇ ਸਾਂਧ ਦੀ ਆ, ਜਵਰਾਜ ਵਾਲੇ ਭੋਲੇ ਦੀ ਆ। ਹਾਂ ਬਾਈ। ਇਹਦੀ ਮਾਂ? ਇਹਦੀ ਮਾਂ ਵੀਰੇ ਵੇਚਤੀ ਆਪਾਂ। ਅੱਛਾ ਇਹਦੀ ਮਾਦਰ ਵੇਚਤੀ, ਉਹਦਾ ਸੂਆ ਕਿਹੜਾ ਦੀ ਬਾਈ? ਉਹ ਵੀ ਪਹਿਲਾਂ ਨਹੀਂ ਸੀਗੀ ਬਾਈ, ਉਹ ਵੀ ਪਹਿਲਾ ਸੂਆ। ਉਹਨੇ ਦੁੱਧ ਕਿੰਨਾ ਕੁ ਕੱਢਿਆ? ਉਹ 11.5 ਕਿਲੋ ਦੁੱਧ ਦਿੱਤੀ ਵੀਰੇ ਇਹਦੀ ਮਾਂ। ਅੱਛਾ ਇਹਦੀ ਮਾਂ ਥੱਲੇ 11.5। ਰੇਟ ਇਹਨਾਂ ਦਾ ਕਿੰਨਾ ਕਰਦੇ ਆਪਾਂ? 3 ਦੀ ਕਰਦੇ ਜਮਾ ਦੇਣ ਲੈਣ ਵੀਰੇ, ਜਮਾ ਫਿਕਸ ਦੱਸ ਦੇ। 38,000 ਨੇ ਵੀਰੇ, 38 ਦੀਆਂ। ਹਾਂ ਉਹ ਚੋਂ ਵੀ ਦੱਸ ਦੇ ਮਾਨਤਾਨ। ਬਸ ਮਾਨਤਾਨ ਹੋ ਜੂ ਵੀਰੇ, ਮਾਨਤਾਨ। ਹਾਂ ਮਾਨਤਾਨ ਉਹਦੇ ਚ ਹੋ ਜੂਗਾ ਸੱਜਣੋ। ਇਹ 3 ਕੱਟੀਆਂ ਮਿਲਣੀਆਂ ਤੁਹਾਨੂੰ 38,000 ਦੀਆਂ, 1000 ਰੁਪਏ ਛੋਟ ਕਰ। ਹਾਂ ਦੋ ਹੈਗੀਆਂ ਰੁਸਤਮੇ ਹਿੰਦ ਦੀਆਂ ਤੇ ਆ ਹੈਗੀ ਆ ਜਵਰਾਜ ਵਾਲਿਆਂ ਦੇ ਭੋਲੇ ਦੀ। ਉਹ ਕਿਹੜੇ ਦੀ ਆ ਬਾਈ? ਉਹ ਆਪ ਸਿਕੰਦਰ ਦੀ ਵੀਰੇ, ਤਾਂ ਕੋਹੀਨੂਰ ਦਾ ਲੱਗਿਆ। ਉਹ ਕੋਹੀਨੂਰ ਤੋਂ ਗੱਬਣਾ 6 ਮਹੀਨੇ 20 ਦਿਨ ਦੀ। ਇਹਨਾਂ 4 ਜਾਨਵਰਾਂ ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਾਓ। ਨੰਬਰ ਬੋਲੋ ਜੀ। 95013 ਵੀਰੇ। ਹਾਂਜੀ 19430। ਇੱਕ ਵਾਰੀ ਫਿਰ ਬੋਲੋ, 95013। ਹਾਂਜੀ 19430। ਤਾਂ ਸੱਜਣੋ ਇਹ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ। ਇਹਨਾਂ ਚੋਂ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ। ਧੰਨਵਾਦ ਜੀ।